ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮਤੇ ਗੁਰਮਤੇ ਤੇ ਹੁਕਮ ਨਾਮੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਨਿੱਗਾ ਸਵਾਗਤ ਹੈ ਗੁਰੂ ਸਾਹਿਬ ਦੇ ਉਹ ਬਚਨ ਗੁਰੂ ਸਾਹਿਬ ਦੇ ਮੁਖਾਰਬਿੰਦ ਤੋਂ ਉਚਰੇ ਹੋਏ ਉਹ ਅਨਮੋਲ ਹੁਕਮ ਜਿਹੜੇ ਹਰ ਸਿੱਖ ਦੇ ਹਿਰਦੇ ਵਿੱਚ ਸੰਭੇ ਪਏ ਹਨ ਉਹ ਪਾਵਨ ਹੁਕਮ ਉਹ ਪਾਵਨ ਹੁਕਮਨਾਮੇ ਜੋ ਗੁਰੂ ਸਾਹਿਬਾਨ ਨੇ ਸਮੇਂ-ਸਮੇਂ ਸਰ ਉਚਾਰਨ ਕੀਤੇ ਜੋ ਸੰਗਤਾਂ ਨੂੰ ਸੰਬੋਧਿਤ ਕਰਕੇ ਜ਼ਬਾਨੀ ਵੀ ਅਤੇ ਲਿਖਤੀ ਤੌਰ ਦੇ ਉੱਤੇ ਵੀ ਜੋ ਜਾਰੀ ਕੀਤੇ ਉਹ ਸਾਡਾ ਵੱਡਮੁੱਲਾ ਖਜ਼ਾਨਾ ਹੈ ਉਹ ਸਾਡੇ ਇਤਿਹਾਸ ਦਾ ਅੰਗ ਹੈ ਗੁਰੂ ਕਿਆ ਸਿੱਖਾਂ ਨੇ ਉਹਨਾਂ ਹੁਕਮਾਂ ਨੂੰ ਉਹਨਾਂ ਹੁਕਮਨਾਮਿਆਂ ਨੂੰ ਉਹਨਾਂ ਆਦੇਸ਼ਾਂ ਨੂੰ ਗੁਰੂ ਸਾਹਿਬ ਦੇ ਉਹਨਾਂ ਆਸ਼ੇ ਨੂੰ ਵਕ ਵਕ ਤਰੀਕੇ ਦੇ ਨਾਲ ਸਾਹਮ ਕੇ ਰੱਖਿਆ ਗੁਰਮਤ ਦੇ ਸਾਖੀਕਾਰਾਂ ਨੇ ਇਤਿਹਾਸਕਾਰਾਂ ਨੇ ਵਕ ਵਕ ਗ੍ਰੰਥਾਂ ਦੇ ਵਿੱਚ ਉਹਨਾਂ ਪਾਵਨ ਹੁਕਮਨਾਮਿਆਂ ਨੂੰ ਬੜੀ ਹੀ ਅੱਛੇ ਤਰੀਕੇ ਦੇ ਨਾਲ ਬਹੁਤ ਹੀ ਸ਼ਲਾਗਾ ਯੋਗ ਤਰੀਕੇ ਦੇ ਨਾਲ ਉਹਨਾਂ ਨੂੰ ਸਾਹਮ ਕੇ ਰੱਖਿਆ ਚਾਹੇ ਉਹ ਜਨਮ ਸਾਖੀਆਂ ਹੋਣ ਚਾਹੇ ਉਹ ਗਰਬ ਗੁਰਬਿਲਾਸ ਹੋਣ ਜਾਂ ਮਹਿਮਾ ਪ੍ਰਕਾਸ਼ ਹੋਣ ਪੰਥ ਪ੍ਰਕਾਸ਼ ਹੋਏ ਸੂਰਜ ਪ੍ਰਕਾਸ਼ ਹੋਏ ਗੋਸ਼ਟੀਆਂ ਹੋਣ ਪਾਵੇ ਮੱਕੇ ਦੀ ਗੋਸ਼ਟ ਹੋਏ ਜਾਂ ਸਿੱਖਾਂ ਦੀ ਭਗਤ ਮਾਲਾ ਹੋਏ ਉਹ ਸਾਰੇ ਦੇ ਸਾਰੇ ਹੁਕਮ ਸਾਡੇ ਕੋਲ ਅੱਜ ਵੀ ਮੌਜੂਦ ਹਨ ਔਰ ਸਾਡੇ ਲਈ ਬਹੁਤ ਵੱਡਾ ਮਾਰਗਦਰਸ਼ਕ ਹਨ ਗੁਰੂ ਸਾਹਿਬਾਨ ਨੇ ਸਮੇ ਸਮੇ ਦੇ ਉੱਤੇ ਜਿਹੜੇ ਹੁਕਮ ਜਾਰੀ ਕੀਤੇ ਉਹਨਾਂ ਹੁਕਮਾਂ ਨੂੰ ਸੰਗਤ ਤੱਕ ਪਹੁੰਚਾਇਆ ਪਰ ਬਾਅਦ ਵਿੱਚ ਕਿਉਂਕਿ ਗੁਰੂ ਸਾਹਿਬ ਨੇ ਆਪਣਾ ਆਪ ਆਪਣਾ ਸਰਬਸ ਸਭ ਕੁਝ ਉਹਨਾਂ ਨੇ ਖਾਲਸੇ ਦੇ ਵਿੱਚ ਜਜ਼ਬ ਕਰ ਦਿੱਤਾ ਖਾਲਸੇ ਦੇ ਸਰੀਰ ਦੇ ਵਿੱਚ ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਇਹ ਜੋ ਸੰਕਲਪ ਦੇ ਦਿੱਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਉਹ ਵੀ ਹੁਕਮ ਜਾਰੀ ਕਰ ਸਕਦਾ ਹੈ ਉਹ ਵੀ ਹੁਕਮਨਾਮੇ ਜਾਰੀ ਕਰ ਸਕਦਾ ਹੈ ਇਹ ਪਰੰਪਰਾ ਇੱਕ ਨਿਸ਼ਚਿਤ ਤੌਰ ਦੇ ਉੱਤੇ ਇੱਕ ਬਿਲਕੁਲ ਅਗੰਮੀ ਔਰ ਹੋਰ ਕਿਧਰੇ ਵੀ ਇਸ ਦਾ ਕੋਈ ਸਾਨੀ ਨਹੀਂ ਮਿਲਦਾ ਇਹਨਾਂ ਹੁਕਮਨਾਮਿਆਂ ਨੂੰ ਜਿਸ ਤਰੀਕੇ ਦੇ ਨਾਲ ਸੰਭਿਆ ਹੈ ਉਹ ਸਾਡੇ ਇਤਿਹਾਸ ਦਾ ਇੱਕ ਬਹੁਤ ਹੀ ਵਿਲੱਖਣ ਅਤੇ ਬਹੁਤ ਹੀ ਕੀਮਤੀ ਇੱਕ ਅੰਗ ਹੈ। ਦੁਨਿਆਵੀ ਤੌਰ ਦੇ ਉੱਤੇ ਵਕਤੀ ਹਕੂਮਤਾ ਵਕਤੀ ਬਾਦਸ਼ਾ ਉਹ ਹੁਕਮ ਜਾਰੀ ਕਰਦੇ ਹਨ। ਉਹ ਆਦੇਸ਼ ਜਾਰੀ ਕਰਦੇ ਹਨ, ਉਹ ਕਾਨੂੰਨ ਬਣਾਉਂਦੇ ਹਨ। ਪਰ ਉਹ ਕਾਨੂੰਨ ਕਿਸੇ ਡਰ ਦੇ ਅਧੀਨ ਉਹ ਲਾਗੂ ਹੁੰਦੇ ਹਨ। ਪਰ ਜਿਹੜੇ ਗੁਰੂ ਸਾਹਿਬ ਦੇ ਹੁਕਮ ਹਨ ਉਹ ਡਰ ਨਾਲ ਨਹੀਂ ਉਹ ਆਤਮਾ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਉੱਤੇ ਕੋਈ ਤਾਕਤ ਦੇ ਨਾਲ ਉਹਨਾਂ ਨੂੰ ਲਾਗੂ ਨਹੀਂ ਕਰਾਇਆ ਜਾਂਦਾ ਉਹ ਇੱਕ ਕਿਸਮ ਦਾ ਜੇਕਰ ਕਹਿ ਲਿਆ ਜਾਏ ਇੱਕ ਐਸਾ ਬੈਂਚਮਾਰਕ ਹੈ ਇੱਕ ਐਸਾ ਆਦਰਸ਼ ਸਥਾਪਿਤ ਕੀਤਾ ਜਾਂਦਾ ਹੈ ਜਿਹੜਾ ਕਿ ਗੁਰੂ ਔਰ ਸਿੱਖ ਦੇ ਮਿਲਾਪ ਦਾ ਇੱਕ ਸਾਧਨ ਬਣਦਾ ਹੈ ਪਾਪ ਤੇ ਅਪਰਾਧ ਇਹ ਦੋ ਚੀਜ਼ਾਂ ਹਨ ਮਨ ਦੇ ਵਿੱਚ किसी कल्पना करनी किसी गलत चीज़ की ये पाप है पर उसू अमल दे अमली रूप दे देना यह अपराध है किसी का कतल कर देना किसी की इज्जत लुट लेनी किसी मार देना यह अपराध है पर यही गल जो मन दा फिर पाप रूप होता है। कानून सरकार हकूमत ਫੋਰਸ ਤਾਕਤ ਅਪਰਾਧ ਨੂੰ ਰੋਕ ਸਕਦੀ ਹੈ ਪਰ ਪਾਪ ਨੂੰ ਕੇਵਲ ਧਰਮ اور ਮੋਰਲ ਸਟੱਡੀਜ਼ ਜਾਂ ਮੋਰਲ ਆਦੇਸ਼ ਜੀ ਨੂੰ ਕਿਹਾ ਜਾਏ ਪਾਪ ਨੂੰ ਧਰਮ ਹੀ ਰੋਕ ਸਕਦਾ ਹੈ ਉਸ ਨੂੰ ਕਾਨੂੰਨ ਨਹੀਂ ਰੋਕ ਸਕਦਾ ਅੱਜ ਦੀ ਹੀ ਇੱਕ ਛੋਟੀ ਜੀ ਖਬਰ ਸੀ ਪੋਟਾਂ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਤਮਾਕੂ ਨੋਸ਼ੀ ਦੇ ਉੱਤੇ ਪੂਰੀ پابੰਦੀ ਹੈ ਤਮਾਕੂ ਨੂੰ दे उत्ते पूरी पाबंदी है और एक बोध भिक्षु उन्होंने दे उत्ते मुकदमा दर्ज किया है क्योंकि उस दे तंबाकू मिले है होन कितनी हैरानी है कि गुरु साहिबान ने सैकड़े साल पहला एक जड़ा आदेश देता जो कानूनी आदेश नहीं सी जिस दे पिछे कानून की ताकत नहीं सी ਬਾ ਇੱਕ ਆਦਰਸ਼ਕ ਔਰ ਇੱਕ ਸੁੰਦਰ ਸਰੂਪ ਇਨਸਾਨ ਦਾ ਸਿਰਜਣ ਦਾ ਜਿਹੜਾ ਚਿਤਵਨੀ ਸੀ ਉਸ ਦੇ ਅਧੀਨ ਜੋ ਗੁਰੂ ਸਾਹਿਬ ਨੇ ਉਹ ਹੁਕਮ ਜਾਰੀ ਕੀਤੇ ਉਹ ਹੁਕਮ ਨਾ ਮੈਂ ਜਾਰੀ ਕੀਤੇ ਅੱਜ ਸੰਸਾਰ ਦੇ ਵਿੱਚ ਵਿਦਿਤ ਹੈ ਕਿ ਕਿੰਨੀ ਬਾਖੂਬੀ ਉਹ ਹੁਕਮ ਲਾਗੂ ਹਨ ਗੁਰੂ ਸਾਹਿਬਾਨ ਦੇ ਉਹਨਾਂ ਹੁਕਮਾਂ ਨੂੰ ਅਸੀਂ ਵਿਸਥਾਰ ਸਹਿਤ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਉਹਨਾਂ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਹੈ ਅੱਜ ਵੀ ਸਾਡੀ ਕੋਸ਼ਿਸ਼ ਹੋਏਗੀ ਕਿ ਗੁਰੂ ਸਾਹਿਬ ਦੇ ਉਹਨਾਂ ਹੁਕਮਾਂ ਦੇ ਜਿਹੜੇ ਸਰੋਤ ਹਨ ਉਹਨਾਂ ਵਿੱਚ ਇੱਕ ਸਰੋਤ ਬਹੁਤ ਹੀ ਅਹਿਮ ਔਰ ਮੁੱਖ ਹੈ ਉਹ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਦੋਂ ਮੁਸਲਮ ਦੇਸ਼ਾਂ ਦੇ ਵਿੱਚ ਜਦੋਂ ਪੱਛਮੀ ਦੇਸ਼ਾਂ ਦੇ ਵਿੱਚ ਜਦੋਂ ਗੁਰੂ ਸਾਹਿਬਾਨ ਗਏ ਜਦੋਂ ਮੱਕੇ ਵੱਲ ਗਏ ਔਰ ਬਗਦਾਦ ਮੱਕਾ ਰੂਮ ਇਹਨਾਂ ਸਾਰੇ ਸਥਾਨਾਂ ਦੇ ਉੱਤੇ ਜਦੋਂ ਗੁਰੂ ਸਾਹਿਬ ਨੇ ਉਸ ਇਲਾਕੇ ਦੇ ਵਿੱਚ ਜਾ ਕੇ ਜੋ ਇਨਸਾਨੀਅਤ ਦਾ ਜੋ ਰੱਬ ਦਾ ਪੈਗਾਮ ਸੀ ਜੋ ਦਿੱਤਾ ਮੱਕੇ ਦੀ ਗੋਸ਼ਟ ਦੇ ਵਿੱਚ ਉਹ ਕਮਾਲ ਦੇ ਤਰੀਕੇ ਦੇ ਨਾਲ ਔਰ ਇਤਨੇ ਵਿਸਥਾਰ ਸਹਿਤ ਅੰਕਿਤ ਹੈ ਕਿ ਜਿਸ ਨੂੰ ਪੜ੍ਹ ਕੇ ਅੱਜ ਵੀ ਹੈਰਾਨੀ ਹੁੰਦੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਤੇਵ ਜੀ ਮਹਾਰਾਜ ਤੇ ਨਾਲ ਜਦੋਂ ਪੀਰ ਬਹਾਉਦੀਨ ਦੀ ਗੱਲਬਾਤ ਹੋਈ ਜਦੋਂ ਉਹਨਾਂ ਦੀ ਗੋਸ਼ਟੀ ਹੋਈ ਇੱਕ ਚੀਜ਼ ਬੜੀ ਹੀ ਵਿਲੱਖਣ ਹੈ ਕਿ ਗੁਰੂ ਸਾਹਿਬਾਨ ਨੇ ਗੁਰੂ ਸਾਹਿਬ ਨੇ ਕਿਦਰੇ ਵੀ ਸ਼ਾਸਤਰ ਆਰਥ ਨਹੀਂ ਕੀਤਾ ਭਾਰਤੀ ਪਰੰਪਰਾ ਦੇ ਵਿੱਚ ਸ਼ਾਸਤਰ ਆਰਥ ਦਾ ਇੱਕ ਵਿਧਾਨ ਸੀ ਕਿ ਅਗਲੇ ਨੂੰ ਆਪਣੇ ਤਰਕ ਸ਼ਾਸਤਰ ਦੇ ਨਾਲ ਲੌਜੀਕਸ ਦੇ ਨਾਲ ਅਗਲੇ ਨੂੰ ਡੇਗਣ ਦੀ ਕੋਸ਼ਿਸ਼ ਕਰਨੀ ਔਰ ਜਿਹੜਾ ਉਸ ਦੇ ਵਿੱਚ ਹਾਰ ਜਾਏ ਉਸ ਦੇ ਕੱਪੜੇ ਔਰ ਉਸ ਦੀਆਂ ਕਿਤਾਬਾਂ ਲੈ ਲੈਣੀਆਂ ਪਰ ਗੁਰੂ ਸਾਹਿਬਾਨ ਨੇ ਕਿਦਰੇ ਵੀ ਤਰਕ ਸ਼ਾਸਤਰ ਦਾ ਸ਼ਾਸਤਰ ਅਰਥ ਦਾ ਸਹਾਰਾ ਨਹੀਂ ਲਿਆ ਗੋਸ਼ਟੀ ਕੀਤੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੁਮੇਰ ਪਰਬਤ ਦੇ ਉੱਤੇ ਗਏ ਹਨ ਤਾਂ ਜਨਮ ਸਾਖੀ ਦੇ ਕਰਤਾ ਬਹੁਤ ਸੁੰਦਰ ਇੱਕ ਹਵਾਲਾ ਦਿੰਦੇ ਹਨ ਕਿ ਜਦੋਂ ਪੀਰ ਜਦੋਂ ਤੰਗਰਨਾਥ ਜੋ ਸਿੱਧ ਸੀ ਗੁਰੂ ਨਾਨਕ ਸਾਹਿਬ ਵੱਲ ਵਧਿਆ ਔਰ ਬੜੇ ਗੁੱਸੇ ਦੇ ਵਿੱਚ ਜਦੋਂ ਤੈਸ਼ ਵਿੱਚ ਆ ਕੇ ਵਧਿਆ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਇਹਦੇ ਨਾਲ ਦੋ ਹੱਥ ਕਰਾਂ ਗੁਰੂ ਨਾਨਕ ਸਾਹਿਬ ਮੁਸਕਰਾ ਪਏ ਕਹਿਣ ਲੱਗੇ ਇੱਥੇ ਅਸੀਂ ਕੁਸ਼ਤੀ ਕਰਨ ਨਹੀਂ ਆਏ ਗੋਸ਼ਟੀ ਕਰਨ ਆਇਆ ਸੋ ਗੁਰੂ ਸਾਹਿਬਾਨ ਨੇ ਵਕ ਵਕ ਥਾਵਾਂ ਦੇ ਉੱਤੇ ਜਾ ਕੇ ਗੋਸ਼ਟੀ ਕੀਤੀ ਹੈ ਜੇਕਰ ਸੁਲਤਾਨਪੁਰ ਦੇ ਵਿੱਚ ਨਵਾਬ ਨੂੰ ਮਿਲੇ ਹਨ ਤਾਂ ਉਸ ਵੇਲੇ ਹਜ਼ੂਰ ਨੇ ਸलाम ਕਹਿਣ ਤੋਂ ਇਨਕਾਰ ਕਰ ਦਿੱਤਾ ਔਰ ਇਹ ਆਖਿਆ ਕਿ ਜਿਸ ਦੀ ਜਿਸ ਦੇ ਅੰਦਰ ਤਮਾ ਹੋਏਗੀ ਲਾਲਚ ਹੋਏਗੀ ਉਸ ਦੀ ਗਰਦਨ ਚੁਕੇਗੀ ਸलाम ਨਹੀਂ ਕੀਤਾ ਪਰ ਜਦੋਂ ਇੱਕ ਪੀਰ ਨੇ ਗੁਰੂ ਨਾਨਕ ਸਾਹਿਬ ਨੂੰ ਇਹ ਕਿਹਾ ਪੀਰ ਸलाम ਕੀਤਾ ता हजूर ने जो उस पीर ने गुरु नानक साहब ना ए दरवेश तैनु सलाम है सलाम अलेक दरवेश तो हजूर ने मोड़वा जवाब दिता जेकर सलाम करना है उस करता पुरख उस अकाल पुरख उस अल्लाह जाए हजूर ने कहा अलेख को सलाम पीर को दस्त पेश तू अगर गल करना है मेरे नाल मेरे मिला नाल शेक हैंड कर ਪੀਰ ਕੋ ਦਸਤ ਫੇਸ ਉਸ ਦੇ ਨਾਲ ਹੱਥ ਮਿਲਾਣ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਜੇ ਸਲਾਮ ਕਰਨਾ ਹੈ ਜੇ ਨਮਸਕਾਰ ਕਰਨੀ ਹੈ ਜੇ ਝੁਕਣਾ ਹੈ ਤਾਂ ਕੇਵਲ ਉਸ ਪਰਮਾਤਮਾ ਦੇ ਨਾਲ ਚੁੱਕਿਆ ਜਾਏ ਕਿੰਨੀ ਕਮਾਲ ਦੀ ਗੱਲ ਹੈ ਲੰਬਾ ਸਮਾਂ ਗੁਰੂ ਸਾਹਿਬ ਉਹਨਾਂ ਇਲਾਕਿਆਂ ਦੇ ਵਿੱਚ ਰਹੇ ਮੱਕੇ ਦੇ ਵਿੱਚ ਰੂਮ ਦੇ ਵਿੱਚ ਬਗਦਾਦ ਦੇ ਵਿੱਚ ਜੇਕਰ ਆਖਰ ਉਹ ਕਿਹੜੇ ਕਿਹੜੀ ਕਿਹੜਾ ਤਰੀਕਾ ਸੀ ਉਹ ਕਿਹੜੀ ਗੱਲਬਾਤ ਸੀ ਜਿਹੜੀ ਗੁਰੂ ਨਾਨਕ ਸਾਹਿਬ ਉਹਨਾਂ ਨਾਲੋਂ ਸਾਂਝੀ ਕਰਦੇ ਸਨ ਉਸ ਦੇ ਕੁਝ ਖਵਾਲੇ ਜਿਨ੍ਹਾਂ ਵਿੱਚੋਂ ਗੁਰੂ ਸਾਹਿਬ ਦੇ ਆਦੇਸ਼ ਸਾਨੂੰ ਪ੍ਰਾਪਤ ਹੁੰਦੇ ਹਨ ਉਹ ਇੱਕ ਸਾਡੇ ਕੋਲ ਬਹੁਤ ਹੀ ਇੱਕ ਕਮਾਲ ਦਾ ਸੋਮਾ ਹੈ ਮੱਕੇ ਦੀ ਗੋਸ਼ਟ ਉਸ ਦੇ ਵਿੱਚੋਂ ਕਿੰਨੇ ਕੀਮਤੀ ਇਸ਼ਾਰੇ ਵੀ ਹਨ ਜਦੋਂ ਬਹਾਉਦੀਨ ਨੇ ਗੁਰਨਾਨਕ ਸਾਹਿਬ ਨੂੰ ਮੁਖਾਤਬ ਹੋਇਆ ਜਦੋਂ ਗੁਰਨਾਨਕ ਸਾਹਿਬ ਨੂੰ ਮੁਖਾਤਬ ਹੋ ਕੇ ਗੱਲ ਕਰ ਰਿਹਾ ਹੈ ਤਾਂ ਗੁਰਨਾਨਕ ਸਾਹਿਬ ਨੂੰ ਸਰਦਾਰ ਕਰਕੇ ਮੁਖਾਤਬ ਕਰ ਰਿਹਾ ਹੈ ਸਰਦਾਰ ਜਦੋਂ ਸਰਦਾਰ ਕਰਕੇ ਮੁਖਾਤਬ ਕਰਦਿਆਂ ਉਹ ਗੁਰਨਾਨਕ ਸਾਹਿਬ ਨੂੰ ਮਹਿੰਤੀ ਕਰ ਰਿਹਾ ਹੈ ਕੁਝ ਸਵਾਲ ਪੁੱਛ ਰਿਹਾ ਹੈ ਔਰ ਮੱਕੇ ਦੀ ਗੋਸ਼ਟ ਦਾ ਕਰਤਾ ਜਦੋਂ ਗੁਰਨਾਨਕ ਸਾਹਿਬ ਵੱਲੋਂ ਲਿਖਦਾ ਹੈ ਤਾਂ ਉਹਨਾਂ ਦਾ ਨਾਮ ਉਹਨਾਂ ਵੱਲੋਂ ਨਾਲਕਸ਼ਾ ਸੂਰਾ ਲਿਖਦਾ ਹੈ ਪਾਈ ਗੁਰਦਾਸ ਜੀ ਨੇ ਵੀ ਗੁਰਨਾਨਕ ਸਾਹਿਬ ਦਾ ਜ਼ਿਕਰ ਕਰਦੇ ਆ ਕਿਹਾ ਸੀ ਕਿ ਗੁਰਨਾਨਕ ਸਾਹਿਬ ਦਾ ਵਰਣਨ ਕਰਦੇ ਆ ਕਹਿ ਰਹੇ ਹਨ ਪਾਈ ਗੁਰਦਾਸ ਉਹਨਾਂ ਦੀ ਹਾਲਤ ਦਾ ਸਿੰਘ ਬੁਕਈ ਮਿਰਗਾਵਲੀ ਪੰਨੀ ਜਾਏ ਨਾ ਤੀਰਥ ਰੋਆ ਸ਼ੇਰ ਦੀ ਤਰ੍ਹਾਂ ਗਰਜਵੀਂ ਆਵਾਜ਼ ਸੀ ਗੁਰਨਾਨਕ ਸਾਹਿਬ ਦੀ ਔਰ ਮੱਕੇ ਦੀ ਗੋਸ਼ਤਾ ਕਰਤਾ ਗੁਰਨਾਨਕ ਸਾਹਿਬ ਨੂੰ ਸੂਰਾ ਸੂਰਮਾ ਕਰਕੇ ਬਖਾਤਮ ਕਰ ਰਿਹਾ ਹੈ ਜਦੋਂ ਪੀਰ ਬਹਾਉਦੀਨ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਔਰ ਉਸ ਦਾ ਸਵਾਲ ਬਹੁਤ ਹੀ ਕਮਾਲ ਦਾ ਹੈ ਜਿਹੜਾ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹਾਂਗੇ ਔਰ ਇਹਨਾਂ ਸਵਾਲ ਜਵਾਬ ਦੇ ਵਿੱਚ ਇਹਨਾਂ ਗੋਸ਼ਟੀਆਂ ਦੇ ਵਿੱਚ ਇਹਨਾਂ ਸੋਮਿਆਂ ਦੇ ਵਿੱਚ ਗੁਰੂ ਸਾਹਿਬ ਦੇ ਗੁਰਮਤ ਦੇ ਉਹ ਸਿਧਾਂਤ ਗੁੱਝੇ ਰੂਪ ਦੇ ਵਿੱਚ ਸਾਡੇ ਕੋਲ ਸਾਹਮਣੇ ਪਏ ਹਨ ਸਵਾਲ ਪੀਰ ਬਹਾਉਦੀਨ ਸੂਰਾ ਪੀਰ ਬਹਾਉਦੀਨ ਸੂਰਮੇ ਨੇ ਗੁਰੂ ਨਾਨਕ ਸਾਹਿਬ ਨੇ ਨਾਲ ਗੱਲ ਕੀਤੀ ਆਖੇ ਪੀਰ ਬਹਾਉਦੀਨ ਸੁਣ ਨਾਨਕ ਸਰਦਾਰ ਕਿਉਂ ਕਰ ਮਿਲੀਏ ਰੱਬ ਨੂੰ ਕਿਉਂ ਕਰ ਹੋਏ دیدار ਐ ਸਰਦਾਰ ਨਾਨਕ ਤੂੰ ਦੱਸ ਕਿ ਰੱਬ ਨਾਲ ਕਿਸ ਤਰ੍ਹਾਂ ਮੁਲਾਕਾਤ ਹੋ ਸਕਦੀ ਹੈ ਰੱਬ ਨਾਲ ਰੱਬ ਦੇ دیدار ਕਿਸ ਤਰ੍ਹਾਂ ਹੋ ਸਕਦੇ ਹਨ ਕਿਹੀ ਸੂਰਤ ਰੱਬ ਦੀ ਰਹਿੰਦਾ ਕਿਹੜੀ ਥਾਂ ਹੈ ਉਸ ਰੱਬ ਦੀ ਸੂਰਤ ਕੈਸੀ ਹੈ ਉਹ ਰਹਿੰਦਾ ਕਿਹੜੀ ਥਾਂ ਹੈ ਖਾਂਦਾ ਕੀ ਨਿਆਮਤਾ ਪਹਿਰੇ ਕੀ ਕੋਵਾਏ ਕਰਕੇ ਕਿਹੜੀ ਬੰਦਗੀ ਮਿਲੇ ਗਰੀਬ ਨਿਵਾਜ਼ ਜਾਰ ਰੱਬ ਮਿਲੇ ਤਾਂ ਕਰਮ ਹੋਏ ਪੂਰੇ ਹੋਵੇ ਕਾਜ ਉਹ ਰੱਬ ਰਹਿੰਦਾ ਕਿੱਥੇ ਹੈ ਉਹ ਰੱਬ ਕਰਦਾ ਕੀ ਹੈ ਉਹ ਰੱਬ ਖਾਂਦਾ ਕੀ ਹੈ ਏ निके नि सवाल सन और जोड़ा जवाब जो ना गुरु नानक साहब ने दता के हुक्म गुरु साहब ने कहा जवाब नानक शाह सूरा आखे नानक शाह सच सुनो बहाव दीन शाह कर मसकीनी बंदगी तो मिलिए बेपरवाह मसकीनी निम्रता गरीबी हिरदे की गरीबी करके अकाल पुरख मिल सकता है कर मसकीनी बंदगी ਮਸਕੀਨ ਹੋ ਕੇ ਬੰਦਗੀ ਕਰ ਤਾਂ ਮਿਲੀਏ ਬੇਪਰਵਾਹ ਨੂਰੀ ਸੂਰਤ ਰੱਬ ਦੀ ਉਸ ਰੱਬ ਦੀ ਸੂਰਤ ਕੈਸੀ ਹੈ ਤੂੰ ਪੁੱਛਿਆ ਹੈ ਉਸ ਦੀ ਸੂਰਤ ਨੂਰਾਨੀ ਹੈ ਨੂਰੀ ਸੂਰਤ ਰੱਬ ਦੀ ਰਹਿੰਦਾ ਸਭ ਨਹੀਂ ਜਾਏ ਖਾਂਦਾ ਰਾਗ ਨਿਆਮਤਾ ਪੀਂਦਾ ਸ਼ਬਦ ਸ਼ਬਦ ਅਧਾਏ ਰੱਬ ਸ਼ਬਦ ਖਾਂਦਾ ਹੈ ਰਾਗ ਪੀਂਦਾ ਹੈ ਰਾਗ ਔਰ ਸ਼ਬਦ ਇਹ ਉਸ ਦੀ ਖੁਰਾਕ ਹੈ ਹਜ਼ੂਰ ਨੇ ਕਿਹਾ ਕਰਕੇ ਮਿਹਨਤ ਬੰਦਗੀ ਮਿਲੇ ਗਰੀਬ ਨਿਵਾਜ ਜਾਂ ਰੱਬੇ ਮਿਲੇ ਤਾਂ ਕਰਮ ਹੋਏ ਸਭਪੂਰਨ ਹੋ ਮਨ ਕਾਜ ਜੇ ਰੱਬ ਨੂੰ ਮਿਲਣਾ ਹੈ ਤਾਂ ਇਹ ਸਿਧਾਂਤ ਦਿੱਤਾ ਕਿ ਉਸ ਨੂੰ ਮਿਲਣ ਦੇ ਲਈ ਰਾਗ ਔਰ ਸ਼ਬਦ ਸ਼ਬਦ ਰਾਗ ਦੇ ਵਿੱਚ ਪਾ ਕੇ ਗਾਇਨ ਕੀਤਾ ਜਾਏ ਅਗਰ ਉਸ ਰੱਬ ਦੀ ਬੰਦਗੀ ਕੀਤੀ ਜਾਏ ਪਰ ਉਹ ਬੰਦਗੀ ਮਸਕੀਨਗੀ ਦੇ ਨਾਲ ਨਿਮਰਤਾ ਦੇ ਨਾਲ ਹਲੀਮੀ ਦੇ ਨਾਲ ਗਰੀਬੀ ਦੇ ਨਾਲ ਇਹ ਜਿਹੜੀ ਬੰਦਗੀ ਕਰਕੇ ਉਸ ਰੱਬ ਨੂੰ ਪਾਇਆ ਜਾ ਸਕਦਾ ਹੈ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ ਉਸ ਦੇ ਬਾਅਦ ਇੱਕ ਹੋਰ ਹੁਕਮਦਾਰ ਹੁਕਮਨਾਮੇ ਦਾ ਜ਼ਿਕਰ ਕਰਾਂਗੇ ਔਰ ਉਸ ਦੇ ਬਾਅਦ ਜਿਸ ਤਰ੍ਹਾਂ ਪ੍ਰੋਗਰਾਮ ਦਾ ਵੇਰਵਾ ਹੈ ਆਪਦੀਆਂ ਕਾਲਸ ਅਸੀਂ ਲਵਾਂਗੇ ਹੁਣ ਇੱਕ ਸਮਾਂ ਛੋਟੇ ਜਿਹੇ ਬ੍ਰੇਕ ਦਾ ਸਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਬ੍ਰੇਕ ਦੇ ਬਾਅਦ ਇਸ ਪ੍ਰੋਗਰਾਮ ਮਤੇ ਗੁਰਮਤੇ ਤੇ ਹੁਕਮਨਾਮੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ ਅਸੀਂ ਜ਼ਿਕਰ ਕਰ ਰਹੇ ਸੀ ਗੁਰੂ ਸਾਹਿਬ ਦੇ ਉਸ ਹੁਕਮ ਦਾ ਜਿਹੜਾ ਉਹਨਾਂ ਨੇ ਪੀਰ ਬਹਾਉਦੀਨ ਦੇ ਨਾਲ ਉਸ ਗੋਸ਼ਟੀ ਦੇ ਵਿੱਚ ਉਸ ਗੱਲਬਾਤ ਦੇ ਵਿੱਚ ਦਿੱਤਾ ਔਰ ਜਿਹੜਾ ਕਿ ਮੱਕੇ ਦੀ ਗੋਸ਼ਟ ਨਾਮ ਦੀ ਉਸ ਪੁਸਤਕ ਦੇ ਵਿੱਚ ਸਾਂਭਿਆ ਪਿਆ ਹੈ ਹਜ਼ੂਰ ਨੇ ਹੁਕਮ ਜਾਰੀ ਕੀਤੇ ਪਰ ਉਸ ਪਰੰਪਰਾ ਦੇ ਵਿੱਚ ਖਾਲਸੇ ਨੂੰ ਹੁਕਮ ਜਾਰੀ ਕਰਨ ਦਾ ਹੁਕਮਨਾਮੇ ਜਾਰੀ ਕਰਨ ਦਾ ਉਹ ਉਹਨਾਂ ਨੇ ਸਮਰੱਥਾ ਆਦੇਸ਼ ਅਤੇ ਉਹ ਤਾਕਤ ਵੀ ਪ੍ਰਦਾਨ ਕੀਤੀ ਸਮੇਂ-ਸਮੇਂ ਦੇ ਉੱਤੇ ਖਾਲਸਾ ਪੰਥ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਰਾਹੀਂ ਉਹ ਹੁਕਮ ਜਾਰੀ ਕੀਤੇ ਜਿਹੜੇ ਸਾਡੇ ਲਈ ਗੁਰੂ ਸਾਹਿਬ ਦੇ ਹੁਕਮਾਂ ਦੇ ਤੋਲ ਹਨ ਕੇਲੇ ਮੁਟ ਕਰੀਰ ਏ ਗੁਰੂ ਸਾਹਿਬ ਦਾ ਇੱਕ ਬਚਨ ਹੈ ਆਪਣੇ ਉਹਨਾਂ ਉੱਚੇ ਆਦਰਸ਼ਾਂ ਨੂੰ ਬਚਾਣ ਲਈ ਕਈ ਵਾਰ ਅੰਦਰੋਂ ਉੱਗੇ ਹੋਏ ਕੰਡਿਆਂ ਤੋਂ ਬਚਣ ਲਈ ਗੁਰੂ ਸਾਹਿਬ ਨੇ ਸਖਤ ਆਦੇਸ਼ ਵੀ ਜਾਰੀ ਕੀਤੇ ਜਿਸ ਤਰ੍ਹਾਂ ਮੀਨਾ ਹੋਆ ਪ੍ਰਥੀਆ ਕਰ ਕਰ ਟੇਡਕ ਬਰਨ ਵਾਲਾ ਪੁਤਰੀ ਕੌਣ ਨਾ ਪਾਲਿਓ ਮਨ ਖੋਟਿਆ ਕੀਨੇ ਸਿਆਰਾ ਮੀਨੇ ਮਸੰਦ ਮੀਨੇ تیرਵਾਲੀਏ ਰਾਮ ਰਾਈਏ ਇਹ ਹਾਲਾਂ ਗੁਰੂ ਦੀ ਸੰਤਾਨ ਸੀ ਗੁਰੂ ਦੀ ਅੰਛ ਸੀ ਗੁਰੂ ਸਾਹਿਬ ਦੇ ਫਰਜ਼ੰਦ ਸਨ ਪਰ ਗੁਰੂ ਸਾਹਿਬ ਨੂੰ ਬਹੁਤ ਹੀ ਕਰੜੇ ਆਦੇਸ਼ ਦੇਣੇ ਪਏ ਕਿ ਗੁਰਮਤ ਦੇ ਅਸੂਲਾਂ ਦੇ ਉੱਤੇ ਕੋਈ ਰਿਸ਼ਤੇਦਾਰੀ ਕੋਈ ਭਾਈਵੰਦੀ ਜਾਂ ਕੋਈ ਹੋਰ ਨੇੜ ਦਾ ਨੇੜੇ ਦਾ ਰਿਸ਼ਤਾ ਵੀ પારੂ ਨਹੀਂ ਹੋ ਸਕਦਾ ਸੋ ਸਿੱਖ ਸਖਾ ਬੰਦਪ ਹੈ ਪਾਈ ਜੇ ਗੁਰਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੇ ਚੱਲੇ ਪਾਈ ਸੇ ਵਿਛੜ ਚੋਟਾਂ ਖਾਵੇ ਜਿਤਨੀ ਦੇਰ ਤੱਕ ਗੁਰੂ ਦੇ ਹੁਕਮਾਂ ਨੂੰ ਨਹੀਂ ਮੰਨਦਾ ਉਹ ਗੁਰੂ ਦਾ ਰਿਸ਼ਤੇਦਾਰ ਗੁਰੂ ਦਾ ਸਾਖ ਸੰਬੰਧੀ ਨਹੀਂ ਅਖਵਾ ਸਕਦਾ ਇਹ ਗੁਰੂ ਸਾਹਿਬ ਨੇ ਬਹੁਤ ਕਮਾਲ ਦਾ ਇੱਕ ਅਸੂਲ ਦਿੱਤਾ ਔਰ ਜਿਹੜੇ ਬਹੁਤ ਆਪਣੇ ਨੇੜਲੇ ਔਰ ਬਲਕਿ ਆਪਣੀ ਸੰਤਾਨ ਸੀ ਉਹਨਾਂ ਦੇ ਨਾਲ ਵੀ ਸੰਬੰਧ ਰੱਖਣ ਤੋਂ ਮਨਾ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਇਹ ਬੁੜ ਗੁਰਮਤ ਦੇ ਗਾਡੀ ਰਾਹ ਦੇ ਉੱਤੇ ਨਹੀਂ ਆਉਂਦੇ ਇਹਨਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਮਿਲਵਰਤਨ ਨਾ ਰੱਖੀ ਜਾਏ ਗੁਰਮਤਾਂ ਗਾਡੀ ਰਾਹ ਹੈ ਰੇਲ ਦੀ ਗੱਡੀ ਪਟੜੀ ਦੇ ਉੱਤੇ ਤੁਰਦੀ ਰਹੇ ਤਉ ਰੇਲ ਹੈ ਦੀ ਪਟਰੀ ਤੋਂ ਲਾਂਬੇ ਜਾਏ ਤਾਂ ਫਿਰ ਉਹ ਖੁੱਡੇ ਲਾਈਨ ਹੈ ਗੁਰੂ ਸਾਹਿਬ ਦੇ ਉਹਨਾਂ ਆਦੇਸ਼ਾਂ ਨੂੰ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਪੂਰੀ ਤਰ੍ਹਾਂ ਅੰਕਤ ਕੀਤਾ ਗਿਆ ਔਰ ਉਹ ਆਦੇਸ਼ ਸੀ ਮੀਨੇ ਮਸੰਦ ਤੀਰਮਲਿਏ ਰਾਮرائیਏ ਨੜੀ ਮਾਰ ਕੁੜੀ ਮਾਰ ਇਹਨਾਂ ਦੀ ਸੰਗਤ ਨਹੀਂ ਕਰਨੀ ਇਹਨਾਂ ਦੇ ਨਾਲ ਰਿਸ਼ਤੇ ਨਾਤੇ ਨਹੀਂ ਕਰਨ ਦਾ आदेश रोटी बेटी ਦੀ ਸਾਂਝ ਦਾ ਆਦੇਸ਼ ਦੀ ਮਮਾਨੀਅਤ ਕੀਤੀ ਗਈ ਪਰ ਨਾਲ ਹੀ ਇਹ ਵੀ ਆਦੇਸ਼ ਦਿੱਤਾ ਕਿ ਜੇਕਰ ਇਹਨਾਂ ਦੇ ਵਿੱਚੋਂ ਅਗਰ ਮੜ ਪੰਥ ਵਿੱਚ ਸ਼ਾਮਲ ਹੋਣਾ ਚਾਹਣ ਅਗਰ ਉਹ ਅੰਮ੍ਰਿਤ ਛੱਕ ਕੇ ਮੜ ਵਾਪਸ ਆਣਾ ਚਾਹਣ ਤਾਂ ਫਿਰ ਇਹਨਾਂ ਨੂੰ ਬਖਸ਼ਣ ਲੱਗਿਆ ਅੜੀ ਨਹੀਂ ਕਰਨੀ ਇਹ ਇੱਕ ਸਪਸ਼ਟ ਔਰ ਸਿੱਧਾ ਆਦੇਸ਼ ਸੀ ਕਰਤਾਰਪੁਰ ਦੁਆਬਾ ਇਤਿਹਾਸਕ ਨਗਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਸਾਇਆ ਹੋਇਆ ਉਹ ਨਗਰ ਜਿਹੜਾ ਕਿ ਮੁੱਖ ਸ਼ੇਰ ਸ਼ਾ ਸੂਰੀ ਮਾਰਕ ਜਾਂ ਜੀਟੀ ਰੋਡ ਜਿਸ ਨੂੰ ਬਾਵੇਂ 골ਡਨ ਟੈਂਪਲ ਰੋਡ ਵੀ ਕਹਿ ਲਿਆ ਜਾਏ ਉਸ ਦੇ ਉੱਤੇ ਜਲੰਧਰ ਦੇ ਨੇੜੇ ਸਥਿਤ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਹ ਵਿਰਾਸਤਾ ਉਹਨਾਂ ਦੀਆਂ ਉਹ ਪਵਿੱਤਰ ਯਾਦਗਾਰੀ ਥਾਵਾਂ ਔਰ ਸਭ ਤੋਂ ਵੱਡੀ ਗੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਪੁਰਾਤਨ ਬੀੜ ਦਾ ਘਰ ਜਿਹੜੀ ਪਹਿਲੀ ਕਰਤਾਰਪੁਰੀ ਬੀੜ ਜੋ ਉੱਥੇ ਸੁਰੱਖਿਅਤ ਪਈ ਹੋਈ ਹੈ ਪਰ ਇਹ ਸਾਰਾ ਕੁਝ ਗੁਰੂ ਦੀ ਸੰਤਾਨ ਪਰ ਤੀਰਮਲ ਉਹਨਾਂ ਦੇ ਕੋਲ ਸੁਰੱਖਿਅਤ ਹੈ ਪਰ ਉਹ ਆਪਣੇ ਆਪ ਨੂੰ ਆਪਣੀ ਗੱਦੀ ਔਰ ਉਹਨਾਂ ਦਾ ਉਹ ਜੋ ਵੀ ਆਪਣੇ ਟੰਗ ਦੇ ਨਾਲ ਉਹ ਗੁਰੂ ਦਮ ਹੈ ਉਸ ਦੇ ਅਧੀਨ ਉਹ ਚੱਲਦਾ ਹੈ ਔਰ ਸਿੱਖ ਮੁਖਤਾਰਾ ਚੋਂ ਟੁੱਟੇ ਹੋਏ ਹਨ ਉੱਥੇ ਜਿਸ ਤਰੀਕੇ ਦੇ ਨਾਲ ਡੇਰਾ ਵਡਪਾਖ ਸਿੰਘ ਉਹਨਾਂ ਦੀ ਯਾਦ ਵਿੱਚ ਉਹ ਜਿਹੜਾ ਉਹਨਾਂ ਨੇ ਸਥਾਨ ਬਣਾਇਆ ਔਰ ਜੋ ਕੁਝ ਵੀ ਉਹ ਜਿਸ ਟੰਗ ਦੇ ਨਾਲ ਉਹ ਕਰਦੇ ਹਨ ਉਸ ਨੂੰ ਨਿਸ਼ਚਿਤ ਤੌਰ ਦੇ ਉੱਤੇ ਗੁਰਮਤ ਅਨਸਾਰ ਨਹੀਂ ਕਿਹਾ ਜਾ ਸਕਦਾ ਗੁਰੂ ਸਾਹਿਬ ਨੇ ਆਦੇਸ਼ ਦਿੱਤਾ ਕਿ ਤੀਰਵਾਲੀਆਂ ਦੇ ਨਾਲ ਮਿਲਵਰਤਨ ਨਹੀਂ ਕਰਨੀ ਮਿਲਵਰਤਨ ਦਾ ਅਰਥ ਰੋਟੀ ਬੇਟੀ ਦੀ ਸਾਂਝ ਪਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ 2008 6 ਜੂਨ ਜਦੋਂ ਕੇ ਸਾਕਾ ਨੀਲਾ ਤਾਰਾ ਦੀ ਉਹ ਯਾਦਗਾਰ ਮਨਾਈ ਜਾਂਦੀ ਹੈ ਉਸ ਦਿਨ ਇੱਕ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਾਰੀ ਹੋਇਆ ਔਰ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਕਾਫੀ ਸਮੇਂ ਤੋਂ ਬਾਬਾ ਵਡਪਾਖ ਸਿੰਘ ਦੇ ਨਾਮ ਨਾਲ ਜੋ ਚਰਚਿਤ ਘਟਨਾਵਾਂ ਹਨ ਉਹਨਾਂ ਨੂੰ ਸਮਾਪਤ ਕਰਨ ਦਾ ਸਮਾਂ ਆ ਗਿਆ ਹੈ ਔਰ ਜਿਹੜਾ ਹੁਕਮਨਾਮਾ ਹੈ ਸਭ ਤੋਂ ਪਹਿਲੇ ਅਸੀਂ ਉਹ ਆਪ ਨੂੰ ਦਿਖਾਣਾ ਚਾਹਾਂਗੇ ਔਰ ਇਸ ਦੀ ਇਬਾਰਤ ਹੈ ਬਾਬਾ ਵਡਪਾਲ ਸਿੰਘ ਜੀ ਬਾਰੇ ਗੁਜ਼ਰੇ ਜ਼ਮਾਨੇ ਦੀਆਂ ਕੁਝ ਚਰਚਿਤ ਇਤਿਹਾਸਕ ਘਟਨਾਵਾਂ ਨੂੰ ਮੇਟਣ ਲਈ ਭਾਈ ਸਰਵਨਜੀਤ ਸਿੰਘ ਉਹ ਪ੍ਰਦਾਨ ਇੰਤਜ਼ਾਮੀਆਂ ਸੇਵਾ ਕਮੇਟੀ ਰਜਿਸਟਰਡ ਤਪਸਥਾਨ ਗੁਰਦੁਆਰਾ ਮੰਜੀ ਸਾਹਿਬ ਮੈਡੀ ਹਿਮਾਚਲ ਪ੍ਰਦੇਸ਼ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਮਨ ਬਚਨ ਕਰਕੇ ਸਮਰਪਣ ਦੀ ਬਚਨ ਬਧਤਾ ਅਤੇ ਸਿੱਖੀ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੰਗਤਾਂ ਨੂੰ ਜੋੜਨ ਲਈ ਪ੍ਰਣਾਈਆਂ ਪਾਵਨਾਵਾਂ ਦੀ ਛਲਾਗਾ ਕਰਦਿਆਂ ਇਹਨਾਂ ਵੱਲੋਂ ਜਾਰੀ ਕੀਤੇ ਗੁਰਮਤ ਪ੍ਰਚਾਰ ਦੀ ਸੇਵਾ ਨੂੰ ਸਿੰਘ ਸਾਹਿਬਾਨ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਭਾਈ ਸਵਰਨਜੀਤ ਸਿੰਘ ਹੁਣ ਜੁਗੋ ਜੁਗਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ ਜੀਵਨ ਜੁਗਤ ਅਨਸਾਰ ਅਮਲੀ ਜੀਵਨ ਨਾਹੀਂ ਗੁਰਸਿੱਖੀ ਦੇ ਪ੍ਰਚਾਰ ਦੇ ਨਾਲ ਪੰਥ ਪ੍ਰਵਾਨਤ ਰਹਿਤ ਮਰਿਆਦਾ ਤੇ ਪੂਰਨ ਅਮਲ ਕਰਦਿਆਂ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਸਤਿਗੁਰੂ ਭਾਈ ਸਵਰਨਜੀਤ ਸਿੰਘ ਨੂੰ ਸਿੱਖੀ ਦੇ ਪ੍ਰਚਾਰ ਦੇ ਵਾਅਦੇ ਲਈ ਧੀਰਗਾਈਉ ਵਿਵੇਕ ਬੋਧ ਅਤੇ ਸਮਰੱਥਾ ਪ੍ਰਦਾਨ ਕਰਨ ਇਸ ਦੇ ਨਾਲ ਅਸੀਂ ਆਪ ਨੂੰ ਕੁਝ ਤਸਵੀਰਾਂ ਦਿਖਾਉਣੀਆਂ ਚਾਹਾਂਗੇ ਇਹ ਜਿਹੜੀ ਪਹਿਲੀ ਤਸਵੀਰ ਹੈ ਇਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਹ ਇਤਿਹਾਸਕ ਸਥਾਨ ਹੈ ਉਸ ਤੋਂ ਅਗਲੀ ਤਸਵੀਰ ਦੇ ਵਿੱਚ ਇਹ ਜੋ ਗੁਰੂ ਸਾਹਿਬ ਨੇ ਗੰਗਸਰ ਉੱਥੇ ਸਥਾਪਿਤ ਕੀਤਾ ਔਰ ਉਹ ਕਰਤਾਰਪੁਰ ਦਾ ਇਤਿਹਾਸਕ ਸਥਾਨ ਹੈ ਇਸ ਤੋਂ ਅਗਲੀ ਤਸਵੀਰ ਦੇ ਵਿੱਚ ਆਪ ਦੇਖ ਰਹੇ ਹੋ ਕਿ ਇਹ ਉੱਥੇ ਦਾ ਇਤਿਹਾਸ ਕਰਤਾਰਪੁਰ ਨਗਰ ਦਾ ਅੰਕਿਤ ਕੀਤਾ ਹੈ ਇਸ ਤੋਂ ਬਾਅਦ ਅਗਲੀ ਤਸਵੀਰ ਦੇ ਵਿੱਚ ਕਰਤਾਰਪੁਰੀ ਢੀੜ ਜਿਹੜੀ ਕਿ ਸਭ ਤੋਂ ਪਹਿਲੀ ਢੀੜ ਉਸ ਉਹ ਜੋ ਉੱਥੇ ਸੁਰੱਖਿਅਤ ਪਈ ਹੋਈ ਹੈ ਇਹ ਉਸ ਦੇ ਦਰਸ਼ਨ ਹਨ ਇਸ ਤੋਂ ਬਾਅਦ ਅਗਲੀ ਤਸਵੀਰ ਦੇ ਵਿੱਚ ਇਹ ਇਤਿਹਾਸਕ ਕਿਲਾ ਹੈ ਜਿਹੜਾ ਕਿ ਕਰਤਾਰਪੁਰ ਦਾ ਜਾਂ ਗੁਰੂ ਸਾਹਿਬ ਦਾ ਕਿਲਾ ਕਹਿ ਲਿਆ ਜਾਏ ਇਸ ਤੋਂ ਅਗਲੀ ਤਸਵੀਰ ਦੇ ਵਿੱਚ ਤੀਰਮਲ ਸੰਪਰਦਾ ਦੇ ਮੌਜੂਦਾ ਜੋ ਗੁਰੂ ਕਹਾਉਂਦੇ ਹਨ ਉਹਨਾਂ ਦੀ ਤਸਵੀਰ ਹੈ ਔਰ ਅਗਲੀ ਤਸਵੀਰ ਦੇ ਵਿੱਚ ਇਹ ਉਹ ਸਥਾਨ ਹੈ ਬਾਬਾ ਵਡਪਾਗ ਸਿੰਘ ਦੇ ਨਾਂ ਦੇ ਉੱਤੇ ਜਿਸ ਦੇ ਉੱਤੇ ਉਹ ਕਈ ਕਿਸਮ ਦੀਆਂ ਉਹ ਆਪਣੇ ਟੰਗ ਦੇ ਨਾਲ ਉਹ ਕਾਰਵਾਈਆਂ ਕਰਦੇ ਹਨ ਜਿਸ ਨੂੰ ਸਪਸ਼ਟ ਕਹਿ ਲਿਆ ਜਾਏ ਮਨਮਤ ਹੈ ਪਰ ਇਸ ਦੇ ਨਾਲ ਹੀ ਇੱਕ ਹੋਰ ਬਹੁਤ ਹੀ ਅਹਿਮ ਅਗਲੀ ਤਸਵੀਰ ਵਿੱਚ ਆਪ ਦੇਖ ਰਹੇ ਹੋ ਇਹ ਸਥਾਨ ਹੈ ਜਿਹੜੇ ਸਥਾਨ ਦੇ ਉੱਤੇ ਪੰਦੇਖਾਨ ਨੂੰ ਗੁਰਹਰਗਬਿੰਦ ਸਾਹਿਬ ਨੇ ਜਦੋਂ ਉਸ ਨੂੰ ਮਾਰਿਆ ਸੀ ਔਰ ਇਹ ਇੱਕ ਇਤਨਾ ਵੱਡਾ ਅਹਿਮ ਇਤਿਹਾਸਕ ਸਥਾਨ ਹੈ ਜਿਹਦੀਆਂ ਅਗਲੀਆਂ ਤਸਵੀਰਾਂ ਵਿੱਚ ਵੀ ਆਪ ਦੇਖ ਰਹੇ ਹੋ ਚਾਰ ਪੰਜ ਤਸਵੀਰਾਂ ਹਨ ਇਸ ਜਗ੍ਹਾ ਦੀਆਂ ਜਿਹੜੀਆਂ ਆਪ ਉਹ ਦੇਖ ਸਕਦੇ ਹੋ ਪਰ ਹਰ ਟਾਡੀ ਹਰ ਰਾਗੀ ਹਰ ਕਥਾਵਾਚਕ ਹਰ ਇਤਿਹਾਸਕਾਰ ਇਹਨਾਂ ਦਾ ਜ਼ਿਕਰ ਕਰਦਾ ਹੈ ਪਰ ਇਸ ਦੀ ਹਾਲਤ ਜੋ ਨਜ਼ਰ ਆਂਦੀ ਹੈ ਜਿਸ ਤਰੀਕੇ ਦੇ ਨਾਲ ਜਾਨਵਰਾਂ ਨੇ ਇੱਥੇ ਗੰਦ ਪਾਇਆ ਹੈ ਇਸ ਤੋਂ ਸਾਫ਼ ਲੱਗਦਾ ਹੈ ਕਿ ਸਾਨੂੰ ਆਪਣੇ ਵਿਰਸੇ ਦੇ ਨਾਲ ਕਿੰਨਾ ਕੁ ਲਗਾਵ ਹੈ خیر ਇਹ ਕਹਿਣ ਦਾ ਪਾਪ ਇਹ ਸਾਰਾ ਕੁਝ ਦੱਸਣ ਦਾ ਪਾਪ ਇਹ ਸੀ ਕਿ ਜੋ ਧੀਰਮਲ ਸੰਪਰਦਾ ਹੈ ਉਹਨਾਂ ਦੀ ਕਾਰਗੁਜ਼ਾਰੀ ਉਹਨਾਂ ਦਾ ਕਾਰਜ ਖੇਤਰ ਉਹ ਸਾਰਾ ਕੁਝ ਬਿਲਕੁਲ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਹੈ ਪਰ ਇਸ ਹੁਕਮਨਾਮੇ ਦੇ ਨਾਲ ਹੀ ਸ਼ਾਇਦ ਇਹ ਦਰਸ਼ਨ ਦੀ ਜਾਂ ਇਹ ਇੱਕ ਇਮਪ੍ਰੈਸ਼ਨ ਜਿਹੜਾ ਹੈ ਪੈਂਦਾ ਹੈ ਕਿ ਉਹ ਗੱਲ ਖਤਮ ਹੋ ਗਈ ਜਿਹੜੀ ਉਹਨਾਂ ਦੇ ਨਾਲ ਇਤਿਹਾਸਕ ਚਰਚਾ ਜੋ ਇਤਿਹਾਸਕ ਵਿਵਾਦ ਸੀ ਉਹ ਵਿਵਾਦ ਨਾ ਕਹਿ ਲਿਆ ਜਾਏ ਉਹ ਗੁਰੂ ਸਾਹਿਬ ਦਾ ਆਦੇਸ਼ ਹੈ ਔਰ ਉਹ ਕਿਸੇ ਗੱਲਬਾਤ ਦੇ ਨਾਲ ਨਹੀਂ ਮਿਟ ਸਕਦਾ ਉਸ ਦੇ ਮਿੱਟਣ ਦਾ ਕੇਵਲ ਇੱਕੋ ਇੱਕ ਤਰੀਕਾ ਹੈ ਕਿ ਜੇਕਰ ਉਹ ਸੰਪਰਦਾਵਾਲੇ ਜਾਂ ਜਿਹੜੇ ਉਹ ਸੰਪਰਦਾ ਨੂੰ ਮੰਨਦੇ ਹਨ ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਮੁਰ ਖੰਡੇ ਦੀ ਪਾਹੁਲ ਲੈ ਲੈਣ ਜੇਕਰ ਮੁਰ ਉਸ ਗੁਰੂ ਪੰਥ ਦੇ ਵਿੱਚ ਸ਼ਾਮਲ ਹੋ ਜਾਣ ਹੋਰ ਕਿਸੇ ਟੰਗ ਦੇ ਨਾਲ ਕੋਈ ਗੱਲਬਾਤ ਦੇ ਨਾਲ ਕਿਸੇ ਸਮਝੌਤੇ ਦੇ ਨਾਲ ਉਹ ਗੱਲ ਨਹੀਂ ਖਤਮ ਹੋ ਸਕਦੀ ਸੋ ਇੱਕ ਬਹੁਤ ਵੱਡਾ ਇੱਕ ਇਤਿਹਾਸਕ ਜੋ ਹੁਕਮ ਹੈ ਗੁਰੂ ਸਾਹਿਬ ਦਾ ਜਾਰੀ ਕੀਤਾ ਹੁਕਮ ਔਰ ਇਹ ਜੋ ਹੁਕਮਨਾਮਾ ਜੋ ਆਪ ਨਾਲ ਸਾਂਝਾ ਕੀਤਾ ਹੈ ਇਸ ਦੇ ਬਾਰੇ ਜ਼ਰੂਰ ਆਸ ਹੈ ਕਿਉਂਕਿ ਪਿੱਛੇ ਜਿਹੇ ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਜੀ ਵਿਦਾਂਤੀ ਜੋ ਉਸ ਵੇਲੇ ਸਿੰਘ ਸਾਹਿਬ ਜਥੇਦਾਰ ਸਨ ਉਹਨਾਂ ਨੇ ਵੀ ਸਪਸ਼ਟ ਕੀਤਾ ਹੈ ਕਿ ਉਹ ਸੰਪਰਦਾ ਤੀਰਮਲੀਆਂ ਦੇ ਨਾਲ ਉਹ ਸਾਡਾ ਵਿਵਾਦ ਉਸੇ ਤਰ੍ਹਾਂ ਹੀ ਹੈ ਇਹ ਕੇਵਲ ਇੱਕ ਨਿੱਜੀ ਵਿਅਕਤੀ ਨਾਲ ਸੀ ਪਰ ਜੇਕਰ ਇਹ ਨਾਲ ਕਿਹਾ ਗਿਆ ਹੈ ਕਿ ਉਹ ਪਿਛਲੇ ਸਮੇਂ ਦੇ ਵਿੱਚ ਬੀਤੇ ਸਮੇਂ ਦੇ ਵਿੱਚ ਇਤਿਹਾਸਕ ਚਰਚਿਤ ਇਤਿਹਾਸਕ ਘਟਨਾਵਾਂ ਨੂੰ ਮਿਟਣ ਦਾ ਸਮਾਂ ਆ ਗਿਆ ਹੈ ਇਹ ਇੱਕ ਦੁਬਦਾ ਵਾਲੀ ਗੱਲ ਹੈ ਆਸ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਨੂੰ ਜ਼ਰੂਰ ਸਪਸ਼ਟੇ ਕਰਨ ਦੇ ਕੇ ਜ਼ਰੂਰ ਸਪਸ਼ਟ ਕੀਤਾ ਜਾਏਗਾ ਤਾਂ ਕਿ ਇਸ ਦੇ ਵਿੱਚ ਕੋਈ ਭੁਲੇਖਾ ਨਾ ਰਹੇ ਹੁਣ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ ਉਸ ਦੇ ਬਾਅਦ ਆਪ ਵੀ ਹਾਲਸ ਲਵਾਗੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7187